ਵਿਸ਼ਵ ਪੱਧਰ ਤੇ ਸੈਰ ਸਪਾਟੇ ਲਈ ਬੋਰਾ ਬੋਰਾ ਅਤੇ ਕੈਨਕੂਨ ਵਰਗੇ ਪ੍ਰਮੁੱਖ ਸਥਾਨਾਂ ਨੂੰ ਪਛਾੜਦੇ ਹੋਏ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸਮੁੰਦਰੀ ਤੱਟ ਤੇ ਵਸੇ ਹੋਏ ਖੂਬਸੂਰਤ ਸ਼ਹਿਰ ਸਨਸ਼ਾਈਨ ਕੋਸਟ ਨੇ ਸੈਰ ਸਪਾਟੇ ਵਜੋਂ ਦੁਨੀਆ ਦਾ ਸਭ ਤੋਂ ਵੱਧ ਪਸੰਦੀਦਾ ਸਥਾਨ ਬਣ ਕੇ ਅਵਲ ਦਰਜਾ ਪ੍ਰਾਪਤ ਕੀਤਾ ਹੈ। ਟੂਰਿਜ਼ਮ ਸੈਂਟੀਮੈਂਟ ਇੰਡੈਕਸ ਵੱਲੋਂ ਬੀਤੇ ਵਰ੍ਹੇ 2021 'ਚ 1.8 ਬਿਲੀਅਨ ਲੋਕਾਂ ਨੇ ਆਨਲਾਈਨ ਸਰਵੇਖਣ ਦੌਰਾਨ ਸੈਲਾਨੀਆਂ ਤੋਂ ਦੁਨੀਆ ਭਰ ਦੇ 20,000 ਸੈਰ ਸਪਾਟੇ ਦੇ ਪ੍ਰਮੁੱਖ ਸਥਾਨਾਂ ਦੇ ਯਾਤਰਾ ਦੇ ਤਜਰਬਿਆਂ ਬਾਰੇ ਪ੍ਰਮੁੱਖ ਪਹਿਲੂ ਜਿਵੇਂ ਕਿ ਬੀਚ, ਪਾਰਕ, ਆਵਾਜਾਈ, ਰਿਹਾਇਸ਼, ਖਿੱਚ ਸਮਾਗਮਾਂ ਆਦਿ ਸਹੂਲਤਾਂ ਦੇ ਤੱਥਾਂ ਦੇ ਆਧਾਰ ਤੇ ਵਿਚਾਰ ਲੈਣ ਤੋਂ ਬਾਅਦ ਦਰਜਾਬੰਦੀ ਕੀਤੀ ਹੈ ਤੇ ਲੋਕਾਂ ਨੇ ਕੁਈਨਜ਼ਲੈਂਡ ਸੂਬੇ ਦੇ ਸਨਸ਼ਾਈਨ ਕੋਸਟ ਸ਼ਹਿਰ ਨੇ ਨੰਬਰ 1 ਦੇ ਨਾਲ ਚੋਟੀ ਦੇ 100 ਸਥਾਨਾਂ 'ਚੋਂ ਆਪਣਾ ਦਬਦਬਾ ਬਣਾਇਆ। ਦੂਜੇ ਨੰਬਰ ਤੇ ਵਿਟਸਨ ਦੇ ਕੁਈਨਜ਼ਲੈਂਡ ਭਾਰਤ ਦਾ ਉਦੈਪੁਰ, ਤੀਜਾ ਫ੍ਰੈਂਚ ਪੋਲੀਨੇਸ਼ੀਆ ਦਾ ਬੋਰਾ ਬੋਰਾ, ਚੌਥਾ ਨੂਸਾ ਕੁਈਨਜ਼ਲੈਂਡ, ਪੰਜਵਾਂ ਨਾਈਸ ਫ੍ਰਾਂਸ, ਛੇਵਾਂ ਪੁੰਟਾ ਕਾਨਾ ਡੋਮਿਨਿਕਸ ਰਿਪਬਲਿਕ, ਸੱਤਵੇਂ ਕੈਨਕੂਨ ਮੈਕਸੀਕੋ, ਅੱਠਵੇਂ ਕੇਨਸ ਕੁਈਨਜ਼ਲੈਂਡ ਕਰਮਵਾਰ, ਨੌਵੇਂ ਅਤੇ ਪਿਊਰਟੋ ਵਾਲਾਰਟਾ ਮੈਕਸੀਕੋ ਨੇ 10ਵਾਂ ਸਥਾਨ ਹਾਸਲ ਕੀਤਾ ਹੈ। ਗੌਰਤਲਬ ਹੈ ਕਿ ਦੁਨੀਆ ਵੱਲੋਂ ਇਸ ਦਰਜਾਬੰਦੀ ਦੇ ਵਿੱਚ ਸੈਰ ਸਪਾਟੇ ਵਾਲੀਆਂ ਥਾਵਾਂ ਦੇ ਵਿੱਚ ਕੁਈਨਜ਼ਲੈਂਡ ਦੇ ਸਨਸ਼ਾਈਨ ਕੋਸਟ ਨੂੰ ਸਭ ਤੋਂ ਅਵਲ ਦਰਜਾ ਦਿੱਤਾ ਗਿਆ, ਜਿੱਥੇ ਕਿ ਸੈਲਾਨੀਆਂ ਦੀ ਲਗਾਤਾਰ ਭੀੜ ਬਣੀ ਰਹਿੰਦੀ ਹੈ ਅਤੇ ਉਹਨਾਂ ਦਾ ਮਨਪਸੰਦੀਦਾ ਸਪੌਟ ਬਣ ਚੁੱਕਾ ਹੈ।